ਬੱਬੂ ਜੀ ਪਹਿਲੀ ਵਾਰ ਮੇਰੇ ਨਾਲ ਡਬਿੰਗ ਕਰ ਰਹੇ ਸੀ ਤੇ ਉਹਦੀ ਟੀ ਸ਼ਰਟ ਤੇ ਮੈਨੂੰ ਯਾਦ ਹੈ ਇੱਥੇ ਲਿਖਿਆ ਸੀ ਇਟਸ ਮਾਈ ਟਰਨ। ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ, ਠੀਕ ਠਾਕ ਹੋ? ਸੋ ਅੱਜ ਦੋਸਤੋ ਆਪਾਂ ਗੱਲ ਕਰਨ ਲੱਗੇ ਹਾਂ ਲਿਵਿੰਗ ਲੀਜੈਂਡ ਬੱਬੂ ਮਾਨ ਸਾਹਿਬ ਦੀ। ਸੋ ਦੋਸਤੋ ਤੁਹਾਨੂੰ ਪਤਾ ਸੁੱਚਾ ਸੂਰਮਾ ਮੂਵੀ ਉਹਨਾਂ ਦੀ ਰਿਲੀਜ਼ ਹੋ ਚੁੱਕੀ ਹੈ, ਬਹੁਤ ਜ਼ਿਆਦਾ ਕਰੇਜ਼ ਹੈ ਉਹਨਾਂ ਦੇ ਫੈਨਸ ਦੇ ਵਿੱਚ ਦੋਸਤੋ, ਸਿਨੇਮਾ ਘਰਾਂ ਦੇ ਵਿੱਚ ਲੱਗੀ ਹੋਈ ਹੈ ਮੂਵੀ। ਸੋ ਦੋਸਤੋ ਗੱਲ ਕਰਨ ਲੱਗੇ ਉਸ ਸਮੇਂ ਦੀ ਜਦੋਂ ਮਾਨ ਸਾਹਿਬ ਦੀਆਂ 2 ਦਿਨ ਦੇ ਵਿੱਚ 2 ਕਰੋੜ ਕੈਸਟਾਂ ਵਿਕੀਆਂ ਸੀ ਦੋਸਤੋ, ਉਦੋਂ ਡੈਕ ਹੁੰਦੇ ਸੀਗੇ ਹਨਾ, ਤੁਸੀਂ ਵੀ ਉਹ ਸਮਾਂ ਦੇਖਿਆ ਹੋਣਾ ਮੈਂ ਸੀਰੀ ਕੈਸਟਾਂ ਤਵੀ ਜਾਂ ਡੈਕ, ਤੇ ਦੋਸਤੋ ਉਸ ਸਮੇਂ ਦੇ ਵਿੱਚ 2 ਕਰੋੜ 2 ਦਿਨ ਚ ਕੈਸਟਾਂ ਵਿਕੀਆਂ ਸੀਗੀਆਂ ਦੋਸਤੋ। ਦੇਖਦੇ ਵੀ ਕਿਹੜੀ ਐਲਬਮ ਦੀਆਂ 2 ਕਰੋੜ ਕੈਸਟਾਂ ਵਿਕੀਆਂ ਸੀ ਮਾਨ ਸਾਹਿਬ ਦੀਆਂ, ਆਓ ਦੋਸਤੋ ਸ਼ੁਰੂ ਕਰਦੇ ਹਾਂ। ਪ੍ਰੋਜੈਕਟ ਤੁਹਾਡੇ, ਮੈਂ ਗੱਲ ਕਰਨਾ ਚਾਹਾਂਗੀ ਬੱਬੂ ਮਾਨ ਜੀ ਦੀ, ਜਦੋਂ ਉਹਨਾਂ ਦਾ ਪ੍ਰੋਜੈਕਟ ਤੁਹਾਡੇ ਕੋਲ ਆਂਦਾ ਆ, ਉਸ ਤੋਂ ਪਹਿਲਾਂ ਉਹਦੇ ਬੜੇ ਗਾਣੇ ਹਿੱਟ ਹੋ ਗਏ ਨੇ, ਲੋਕਾਂ ਦੀਆਂ ਉਮੀਦਾਂ ਬਹੁਤ ਜ਼ਿਆਦਾ ਨੇ, ਕਿਤੇ ਨਾ ਕਿਤੇ ਤੁਹਾਡੇ ਤੋਂ ਚੀਜ਼ ਦਾ ਪ੍ਰੈਸ਼ਰ ਸੀ ਜਾਂ ਕਿਵੇਂ ਉਹ ਟਾਈਮ ਸੀ? ਕਿਉਂਕਿ ਜਿੰਨਾ ਮੈਂ ਦੇਖ ਤੁਹਾਨੂੰ 6 ਮੰਥ ਤੁਸੀਂ ਉਹਨਾਂ ਦੇ ਉਸ ਐਲਬਮ ਨੂੰ ਦਿੱਤੇ, ਉਸ ਪ੍ਰੋਜੈਕਟ ਨੂੰ ਦਿੱਤੇ ਕਿ ਹਾਂ ਅਗਰ ਕੁਛ ਲੈ ਕੇ ਆਉਣਾ ਹੈ ਤਾਂ ਬੜਾ ਅਲੱਗ ਤੇ ਡਿਫਰੈਂਟ ਲੈ ਕੇ ਆਉਣਾ ਹੈ। ਹਾਂਜੀ ਹਾਂਜੀ, ਉਸ ਟਾਈਮ ਯੂਟਿਊਬ ਇੰਨਾ ਪਾਪੂਲਰ ਨਹੀਂ ਸੀਗਾ, ਜੈਦੇਵ ਕੁਮਾਰ ਹੈ ਨਾ ਤੇ ਸਾਰੇ ਕੰਮ ਕਰ ਰਿਹਾ ਸੀ, ਹਰਭਜਨ ਉੱਥੇ ਸੀ, ਸਰਦੂਲ ਉੱਥੇ, ਔਰ ਕਾਫੀ ਸਾਰੇ ਕੰਮ ਚੱਲ ਰਹੇ ਸੀ। ਇੱਕ ਦਿਨ ਮੈਨੂੰ ਭੂਸ਼ਣ ਜੀ ਨੇ ਬੁਲਾਇਆ, ਕਹਿੰਦੇ ਯਾਰ ਇੱਕ ਲੜਕਾ ਹੈ ਬੱਬੂ ਮਾਨ ਤੇ ਆਪਣੇ ਇਸ ਕੋ ਰਿਕਾਰਡ ਕਰਨਾ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਅਸੀਂ ਬੱਬੂ ਨੂੰ ਮਿਲੇ ਤੇ ਮੈਂ ਭੂਸ਼ਣ ਜੀ ਕਹਿੰਦੇ ਆ ਗਏ ਕਿਆ ਕਰੇ। ਮੈਂ ਕਿਹਾ ਸਰ ਚੱਲ ਰਿਹਾ ਜਿੰਨਾ ਕੰਮ ਚੱਲ ਰਿਹਾ, ਵੀ 2 ਮਹੀਨੇ ਤੇ ਅਸੀਂ ਬਿਜ਼ੀ ਹਾਂ ਇਹਦੇ ਵਿੱਚ ਐਲਬਮ ਵਗੈਰਾ, ਤੇ ਬੱਬੂ ਕਹਿੰਦਾ ਠੀਕ ਹੈ ਫਿਰ 2 ਮਹੀਨੇ ਬਾਅਦ ਮਿਲਾਂਗੇ। ਉਹਦਾ ਐਟੀਟਿਊਡ ਜਿਹੜਾ ਸੀ ਨਾ ਉਹ ਸਟਾਰਸ ਵਾਲਾ ਸੀ, ਸੁਪਰ ਸਟਾਰ ਵਾਲਾ ਸੀ। ਉਹ ਪਹਿਲੀ ਮੁਲਾਕਾਤ ਸੀ ਤੁਹਾਡੀ ਉਹਨਾਂ ਦੇ ਨਾਲ? ਹਾਂਜੀ ਪਹਿਲੀ ਮੁਲਾਕਾਤ। ਫਿਰ ਤਾਂ ਮੈਨੂੰ ਯਾਦ ਹੈ 2 ਮਹੀਨੇ ਬਾਅਦ ਮੈਂ ਤਾਂ ਦਿੱਲੀ ਰਹਿੰਦਾ ਸੀ ਤੇ ਮੈਂ ਬੱਬੂ ਨੂੰ ਇੱਕ SMS ਪਾਇਆ ਕਿ ਕਿੱਥੇ ਹੋ। ਉਹਦਾ ਮੈਨੂੰ ਹੁਣ ਵੀ ਯਾਦ ਹੈ, ਉਹਦਾ ਮੈਸੇਜ ਹੈ ਕਿ ਕਦ, ਛੋਟਾ ਮੈਸੇਜ। ਮੈਂ ਕਿਹਾ ਮੈਂ ਜਾ ਰਿਹਾ, ਕਹਿੰਦਾ ਮੈਂ ਵੀ ਆ ਰਿਹਾ। ਅਸੀਂ ਸਿੱਧਾ ਬੰਬੇ ਇਕੱਠੇ ਹੋਏ, ਫਿਰ ਸਿਟਿੰਗਸ ਦਾ ਦੌਰ ਸ਼ੁਰੂ ਹੋਇਆ, ਸੈਂਕੜੇ ਗਾਣੇ ਉਹ। ਲੇਕਿਨ ਜਦੋਂ ਉਹਨਾਂ ਨੇ ਪਹਿਲਾ ਗਾਣਾ ਮੈਨੂੰ ਲਾਈਨਾਂ ਸੁਣਾਈ ਸੀ, ਉਹਨਾਂ ਨੇ ਪਹਿਲੀ ਲਾਈਨ ਸੁਣਾਈ ਕਿ ਦਿਲ ਤਾਂ ਦਿਲ ਹੈ, ਦਿਲ ਦਾ ਕੀ ਹੈ, ਇਹਨੂੰ ਛੇੜ ਛੇੜ ਕੇ ਹਾਏ ਮਿਲਦਾ ਕੀ ਹੈ। ਅੱਛਾ, ਮੈਂ ਇਸ ਟਾਈਮ ਮੈਂ ਕਿਹਾ ਹੋ ਜਾਣਾ ਕੰਮ। ਉਹ ਗਾਣਾ ਫਿਰ ਅਸੀਂ ਬਣਾਉਂਦੇ ਬਣਾਉਂਦੇ ਐਲਬਮ ਡਿਜ਼ਾਈਨ ਹੋਣੀ ਸ਼ੁਰੂ ਹੋ ਗਈ। ਭੂਸ਼ਣ ਜੀ ਬਹੁਤ ਇਨਵੋਲਵ ਹੋਏ ਇਸ ਐਲਬਮ 'ਚ ਅਤੇ ਔਰ ਮੈਂ, ਮੇਰੇ ਕੋਲ ਇੰਨਾ ਟਾਈਮ ਨਹੀਂ ਸੀ ਕਿ ਮੈਂ ਚੀਜ਼ਾਂ ਸੁਣਾਂ, ਅਤੇ ਮੈਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਇੱਕ ਐਲਬਮ ਨੀਂਦਰਾਂ ਨਹੀਂ ਆਉਂਦੀਆਂ, ਚੜ ਗਈ ਹੋਏ ਸ਼ਰਾਟੇ ਨਾਲ, ਮਤਲਬ ਸੁਪਰ ਡੁਪਰ, ਮਤਲਬ ਇੱਥੇ ਤਬਾਹੀ ਕਰ ਚੁੱਕੀ ਹੈ। ਅਨਫੋਰਚੁਨੇਟਲੀ ਮੈਨੂੰ ਨਹੀਂ ਪਤਾ ਸੀਗਾ, ਯੂਟਿਊਬ ਇੰਨਾ ਮੈਂ ਸੀਗਾ ਨਹੀਂ। ਅਸੀਂ ਸੀ ਡੀ 'ਤੇ ਸੁਣਦੇ ਸੀ, ਮੈਂ ਬੰਬੇ ਰਹਿਣਾ, ਕੰਮ ਹੀ ਕਰਦੇ ਰਹਿਣਾ, ਅਤੇ ਜਾ ਕੇ ਸੀ ਡੀ ਲੈਣੀ ਵੀ ਕੀ, ਉਹ ਮੇਰਾ ਆ ਨਹੀਂ ਰਿਹਾ ਸੀ। ਹੌਲੀ ਹੌਲੀ ਮੈਨੂੰ ਪਤਾ ਲੱਗ ਰਿਹਾ ਸੀ ਕਿ ਵੀ ਇਹਦੀ ਕੋਈ ਐਲਬਮ ਬਹੁਤ ਜ਼ਿਆਦਾ ਚੱਲੀ ਹੈ। ਇੱਕ ਦਿਨ ਭੂਸ਼ਣ ਜੀ ਨੇ ਬੁਲਾਇਆ ਵੀ ਕਹਿੰਦੇ ਜੈਦੇਵ ਐਲਬਮ 'ਤੇ ਕਰ ਰਹੇ ਆਪਾਂ, ਲੇਕਿਨ ਇਹ ਕਰੀਅਰ ਦੀ ਬਹੁਤ ਖਤਰਨਾਕ ਐਲਬਮ ਹੈ ਤੁਹਾਡੀ, ਕਿਉਂਕਿ ਇਹ ਬਹੁਤ ਵੱਡਾ ਹਿੱਟ ਹੈ। ਮੈਂ ਕਿਹਾ ਸਰ ਅੱਛਾ। ਕਹਿੰਦੇ ਇਹਦੀ 25 ਲੱਖ ਟੇਪ ਵਿਕੀ ਹੈ, ਅਤੇ ਹੁਣ ਆਪਾਂ ਕਰ ਰਹੇ ਹਾਂ, ਜੇ ਆਪਾਂ 25 ਲੱਖ ਹੀ ਵੇਚੀ ਫਿਰ ਤੁਹਾਡਾ ਕਰੀਅਰ ਖਤਮ। ਮੈਂ ਕਿਹਾ ਸਰ ਮੈਨੂੰ ਫਰੀ ਹੈਂਡ ਦਿਓ। ਕਹਿੰਦੇ ਫਰੀ ਹੈਂਡ ਦਿੱਤਾ ਹੋਇਆ, ਸ਼ੁਰੂ ਹੋ ਜਾਓ। ਖੈਰ ਜੀ ਉਹ ਐਲਬਮ ਜੇ ਮੈਨੂੰ ਯਾਦ ਹੈ ਦਿਲ ਤਾਂ ਦਿਲ ਹੈ, ਅਸੀਂ ਗਾਣਾ ਰਿਕਾਰਡ ਕਰ ਰਹੇ ਹਾਂ ਅਤੇ ਪਹਿਲੀ ਵਾਰ 70 ਮਿਊਜ਼ੀਸ਼ੀਅਨ ਦਾ ਔਰਕੈਸਟਰਾ ਆਲ ਲਾਈਵ, ਵਾਇਲਨ ਸੈਕਸ਼ਨ ਹੁੰਦਾ 25 ਵਾਇਲਨ, 4 ਵਾਇਲਾ, 2 ਚੈਲੋ, ਸਟ੍ਰੋਕ ਸੈਕਸ਼ਨ ਪੂਰਾ,
ਰਿਦਮ ਪੂਰੀ ਕਰਦੇ ਕਰਦੇ ਹਾਲ ਭਰ ਗਿਆ ਸੀ ਉੱਥੇ ਗੋਲਡਨ ਚੈਰੀਅਟ ਸਟੂਡੀਓ ਹੈ ਉਹਨਾਂ ਦਾ, ਹੁਣ ਤਾਂ ਨਹੀਂ ਰਿਹਾ, ਬਹੁਤ ਵੱਡਾ ਸਟੂਡੀਓ ਸੀ, ਉੱਥੇ ਪੂਰਾ ਭਰਿਆ ਹੀ ਹੋਇਆ ਸੀ। ਅਤੇ ਕਹਿੰਦੇ ਯਾਰ ਭੂਸ਼ਣ ਜੀ ਫੋਨ ਆ ਗਏ ਤਾਂ ਯਾਰ ਆਪ ਕਰਕੇ ਆ ਰਹੇ ਹੋ, ਮੈਂ ਕਿਹਾ ਆਪ ਛੋੜ ਦਿਉ ਆਪ ਕਰਨਾ ਹੈ ਕੁਛ। ਤੋ ਫਿਰ ਗਾਣਾ ਰਿਕਾਰਡ ਹੋਇਆ ਜੀ, ਉਹ ਬੱਬੂ ਜੀ ਪਹਿਲੀ ਵਾਰ ਮੇਰੇ ਨਾਲ ਡਬਿੰਗ ਕਰ ਰਹੇ ਸੀ, ਅਤੇ ਮੈਨੂੰ ਯਾਦ ਹੈ ਇੱਕ ਵਾਰ ਅਸੀਂ ਉਸੇ ਦੌਰਾਨ ਬੱਬੂ ਅਤੇ ਮੈਂ ਬੈਠੇ ਹੋਏ ਹਾਂ, ਅਤੇ ਦਲੇਰ ਮਹਿੰਦੀ ਨੇ ਸਾਨੂੰ ਬੁਲਾਇਆ ਆਪਣੇ ਸਟੂਡੀਓ ਕਿ ਵੀ ਤੁਸੀਂ ਆ ਜਾਓ, ਸਾਡੀ ਦੋਸਤੀ ਸੀ ਦਲੇਰ ਨਾਲ ਵੀ, ਅਤੇ ਦਲੇਰ ਜੀ ਕਹਿੰਦੇ ਆ ਜਾਓ ਤੁਸੀਂ। ਮੈਂ ਬੱਬੂ ਨੂੰ ਲੈ ਕੇ ਗਿਆ, ਬੱਬੂ ਦੀ ਟੀ ਸ਼ਰਟ 'ਤੇ ਮੈਨੂੰ ਯਾਦ ਹੈ ਇੱਥੇ ਲਿਖਿਆ ਸੀ ਇਟਸ ਮਾਈ ਟਰਨ, ਅਤੇ ਉਹ ਦਲੇਰ ਜੀ ਮਹਿੰਦੀ ਕਹਿੰਦੇ ਇਹ ਕੌਣ ਹੈਗਾ, ਮੈਂ ਕਿਹਾ ਜੀ ਇਹ ਦੇਖ ਲਓ ਲਿਖਿਆ ਹੋਇਆ ਇਟਸ ਮਾਈ ਟਰਨ, ਇਹਦੀ ਟਰਨ ਹੈ ਉਹ। ਕਹਿੰਦੇ ਅੱਛਾ। ਅਤੇ ਫਿਰ ਐਲਬਮ ਰਿਕਾਰਡ ਹੋਈ ਬੱਬੂ ਨਾਲ, ਡਬਿੰਗ ਦਾ ਇੱਕ ਅੱਛਾ ਮਾਹੌਲ ਬਣਿਆ ਕਿਉਂਕਿ ਬੱਬੂ ਦੇ ਵਿੱਚ ਨਾ ਇੱਕ ਅਲੱਗ ਜਿਹਾ ਕਰਿਸ਼ਮਾ ਹੈਗਾ ਕਿ ਉਹ ਬੈਠਦੇ ਹੀ ਅਹਿਸਾਸ ਕਰਾ ਦੇਗਾ ਕਿ ਉਹ ਕਿੰਨਾ ਵੱਡਾ ਸਟਾਰ ਹੈ। ਉਹਦੀ ਐਟੀਟਿਊਡ ਅੱਜ ਵੀ ਨਹੀਂ ਚੇਂਜ ਹੋਇਆ, ਤਦ ਵੀ ਇੱਦਾਂ ਹੀ ਸੀ, ਔਰ ਅਗਰ ਮੈਨੂੰ ਲੱਗਦਾ ਗਾਣੇ ਨਹੀਂ ਵੀ ਚੱਲਦੇ ਉਹਦਾ ਐਟੀਟਿਊਡ ਇਹੀ ਰਹਿਣਾ ਸੀ। ਅਤੇ ਉਹ ਇੱਕ ਐਟੀਟਿਊਡ ਉਹਦਾ ਜੋ ਕੈਰੀ ਕਰਦਾ ਹੈ, ਜੋ ਉਹਦੇ ਅੰਦਰ ਹੈ, ਇਨਬੋਰਨ ਹੀ ਹੋਏਗਾ ਮੈਨੂੰ ਲੱਗਦਾ। ਅਤੇ ਫਿਰ ਉਸ ਐਲਬਮ 'ਚ ਜਦ ਇਹ ਗਾਣਾ ਆਇਆ, ਮੈਨੂੰ ਯਾਦ ਹੈ ਭੂਸ਼ਣ ਜੀ ਦਾ, ਮੈਨੂੰ ਮੈਂ ਦਿੱਲੀ ਰਹਿੰਦਾ ਸੀ ਤਦ, ਰਾਤੀ ਫੋਨ ਆਇਆ ਕਹਿੰਦੇ ਕਿ ਕਹਾਂ ਹੋ ਆਪ, ਮੈਂ ਕਿਹਾ ਜੀ ਦਿੱਲੀ, ਕਹਿੰਦੇ ਮੈਂ ਵੀ ਦਿੱਲੀ ਹੂੰ, ਕਹਿੰਦੇ ਆਪਕੋ ਪਤਾ ਕਿਆ ਹੋ ਗਿਆ, 25 ਲੱਖ ਟੇਪ ਪਹਿਲੇ ਦਿਨ ਵਿਕ ਗਈ ਹਮਾਰੀ, ਔਰ ਕਹਿੰਦੇ ਹੁਣ ਟਰੱਕਾਂ 'ਚ ਸਿਰਫ, ਪਹਿਲੇ ਹੁੰਦਾ ਵੀ ਮਾਲ ਜਾਂਦਾ ਸੀ ਨਾ ਸੀਡੀ ਕੈਸੇਟ, ਵੀ ਟਰੱਕਾਂ 'ਚ ਥੋੜ੍ਹਾ ਸਰਦੂਲ ਪਾ ਦੇ, ਉਦਾਂ ਦੀ ਲੈਂਗੁਏਜ ਹੁੰਦੀ, ਸਰਦੂਲ ਪਾ ਦੇ, ਥੋੜ੍ਹਾ ਹਰਭਜਨ ਪਾ ਦੇ, ਥੋੜ੍ਹਾ, ਕਹਿੰਦੇ ਕੁਝ ਨਹੀਂ ਸਿਰਫ ਬੱਬੂ ਮਾਨ ਜਾ ਰਿਹਾ ਅਕੇਲੇ ਟਰੱਕ ਮੈਂ, ਮਤਲਬ ਉਹ ਗੱਲ ਕਰ ਰਿਹਾ ਵੀ ਆਫੀਸ਼ੀਅਲੀ ਉਹਨਾਂ ਨੇ 1 ਕਰੋੜ ਬਾਰੇ ਦੱਸਿਆ ਨਾ, ਤੇ ਬਾਕੀ ਕਨਫਰਮ ਹੋਏ ਨੀ ਹੈ, ਬਹੁਤ ਜ਼ਿਆਦਾ ਵੀ ਕਿਸੇ ਕੀ ਕਹਿੰਦਾ ਬਹੁਤ ਜ਼ਿਆਦਾ ਵਿਕੀ ਹੋ ਗਈ, 2 ਕਰੋੜ ਵਿਕੀ, ਪਿਆਸ ਐਲਬਮ ਹੋ ਗਈ, ਸਾਊਂਡ ਦੀ ਝੜੀ ਹੋ ਗਈ, ਉਹ ਸਾਰੇ ਐਲਬਮ ਨੇ ਤਬਾਹੀ ਲਿਆ ਦਿੱਤੀ ਨਾ। ਤੇ ਹੁਣ ਤੁਸੀਂ ਇਹ ਦੇਖੋ ਦੋਸਤੋ, ਜਿਹੜੀ ਉਹਨਾਂ ਨੇ ਮੇਨ ਗੱਲ ਕੀਤੀ ਹੈ ਨਾ, ਕਹਿੰਦੇ ਐਟੀਟਿਊਡ ਉਹਦਾ ਕਦੇ ਉਹ ਨਹੀਂ ਰਿਹਾ, ਚਾਹੇ ਉਹਨਾਂ ਦੇ ਗਾਣਾ ਮੂਵੀ ਚੱਲੇ ਨਾ ਚੱਲੇ, ਕੋਈ ਮਤਲਬ ਨਹੀਂ ਉਹ ਬੰਦੇ ਨੂੰ, ਹਨਾ, ਐਟੀਟਿਊਡ ਉੱਦਾਂ ਹੀ ਰਹਿਣਾ ਉਹਨਾਂ ਉਹ ਬੰਦੇ ਦਾ, ਨਾ ਦਾ ਬੱਬੂ ਮਾਨ ਨੇ ਕਦੇ ਸੈਰਨੇਵਾ ਕੀਤਾ, ਨਾ ਉਹ ਬੰਦਾ ਕਦੇ ਕਰਦਾ ਸੈਰਨੇਵਾ, ਚਾਪਲੂਸੀ ਸਿਰਫ ਐਟੀਟਿਊਡ ਹੀ ਉਹ ਬੰਦੇ ਦਾ ਉਹਨੂੰ ਅੱਜ ਤੱਕ ਖੜਾ ਰੱਖ ਪਾਇਆ ਵਾ। ਉਹ ਦੇਖੋ ਉਹ ਕਹਿ ਰਿਹਾ ਵੀ ਉਦੋਂ ਵੀ ਐਟੀਟਿਊਡ ਵੀ ਉਹ ਬੈਠਦੇ ਤੁਹਾਨੂੰ ਅਹਿਸਾਸ ਕਰਾਊ ਕਿੱਡਾ ਵੱਡਾ ਸਟਾਰ ਹੈ। ਤੇ ਉਸ ਤੋਂ ਬਾਅਦ ਦੋਸਤੋ ਇਹ ਦੇਖੋ ਵੀ ਜਦੋਂ ਯੂਟਿਊਬ ਹੁੰਦਾ ਹੀ ਨਹੀਂ ਸੀ, ਆਪਣਾ ਟੀਵੀ ਬਲੈਕ ਐਂਡ ਵਾਈਟ ਹੁੰਦੇ ਸੀ, ਰੇਅਰ ਹੁੰਦਾ ਸੀਗਾ ਵੀ 20-50 ਘਰਾਂ ਦੇ ਵਿੱਚ ਇੱਕ ਅੱਧਾ ਟੀਵੀ ਹੁੰਦਾ ਸੀ, ਸਾਰੇ ਮਿਲ ਕੇ ਦੇਖਦੇ ਹੁੰਦੇ, ਅਸੀਂ ਵੀ ਉਸ ਟਾਈਮ ਦੇਖਦੇ ਹੁੰਦੇ। ਤੇ ਉਸ ਟਾਈਮ ਬੱਬੂ ਮਾਨ ਦੀਆਂ ਤਕਰੀਬਨ 1.5-2 ਕਰੋੜ ਕੈਸਟਾਂ 2 ਦਿਨ ਦੇ ਵਿੱਚ ਵਿਕਣੀਆਂ ਦੋਸਤੋ, ਬਹੁਤ ਵੱਡੀ ਗੱਲ ਸੀਗੀ। ਤੇ ਉਹ ਇਹ ਅਸਲੀਅਤ ਦੇ ਵਿੱਚ ਹੋਇਆ ਸੀਗਾ ਕਿਉਂਕਿ ਬੱਬੂ ਮਾਨ ਜਦੋਂ ਦਾ ਸ਼ੁਰੂ ਹੋਇਆ, ਸੌਣ ਦੀ ਝੜੀ ਤੋਂ ਲੈ ਕੇ ਅੱਜ ਸੁੱਚਾ ਸੂਰਮਾ ਤੱਕ ਦੋਸਤੋ, ਕਦੇ ਵੀ ਉਹ ਬੰਦੇ ਦਾ ਐ ਨਹੀਂ ਹੋਇਆ ਵੀ ਕੋਈ ਗਾਣਾ ਆਇਆ ਜਾਂ ਕੋਈ ਮੂਵੀ ਆਈ, ਉਹ ਬੰਦੇ ਨੇ ਇੱਕ ਵਾਰ ਮਤਲਬ ਮੀਡੀਆ ਨੂੰ ਕੇਰਾ ਵਕਤ ਨਾ ਪਾਇਆ ਦੋਸਤੋ। ਇੱਕ ਹੋਰ ਗੱਲ, ਜਿਹੜੇ ਫੈਨਸ ਨੇਗੇ, ਕਿਸੇ ਨੇ ਵੀ ਜਿਹੜੀ ਸੁੱਚਾ ਸੂਰਮਾ ਮੂਵੀ ਹੁਣ ਲੱਗੀ ਹੋਈ ਆ, ਕੋਈ ਏਦਾਂ ਦਾ ਬੰਦਾ ਜਿਹਨੇ ਇੱਕ ਵਾਰ ਦੇਖੀ ਹੋਵੇ ਨਾ, ਕਿਸੇ ਨੇ 3 ਵਾਰ, ਕਿਸੇ ਨੇ 4 ਵਾਰ,
ਮਨ ਨਹੀਂ ਭਰਦਾ ਕਿਉਂਕਿ ਇੰਨੀ ਜ਼ਿਆਦਾ ਮੂਵੀ ਵਧੀਆ ਬਣਾਈ ਹੋਈ ਨਾ ਅਸੀਂ ਦੇਖ ਕੇ ਆਏ, ਮੈਂ ਕਹਿੰਦਾ ਐਂਡ ਮੂਵੀ ਆ, ਹੁਣ ਮਨ ਕਰਦਾ ਵੀ ਫਿਰ ਇੱਕ ਵਾਰ ਦੇਖ ਕੇ ਆਈਏ ਇਸ ਵਾਰ ਵੀ। ਦੋ ਵਾਰ ਦੇਖ ਲਈ, ਹੁਣ ਮਨ ਕਰਦਾ ਵੀ ਇੱਕ ਅੱਧੀ ਵਾਰ ਹੋਰ ਦੇਖੀਏ। ਬਹੁਤ ਟੌਪ ਦੀ ਦੋਸਤੋ, ਤੁਸੀਂ ਜ਼ਰੂਰ ਦੱਸੋ ਵੀ ਮੂਵੀ ਦੇਖ ਲਈ, ਤੇ ਅਸੀਂ ਤਾਂ ਦੇਖ ਲਈ, ਅਸੀਂ ਬਲੌਗ ਵੀ ਪਾਇਆ ਸੀ ਇੱਕ, ਜੇ ਤੁਸੀਂ ਨਹੀਂ ਚੈੱਕ ਕੀਤਾ ਜ਼ਰੂਰ ਚੈੱਕ ਕਰਿਓ, ਆਪਣੇ ਚੈਨਲ ਦੇ ਵਿੱਚ ਹੀ ਆ। ਤੇ ਦੋਸਤੋ ਮਾਨ ਸਾਹਿਬ ਨੂੰ ਪਿਆਰ ਕਰਨ ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਮਿਲਦੇ ਆ ਫਿਰ ਅਗਲੀ ਵੀਡੀਓ 'ਚ, ਸਤਿ ਸ਼੍ਰੀ ਅਕਾਲ।